ਤੇ ਉਧਰ ਅੰਮ੍ਰਿਤਸਰ ਵਿੱਚ ਭਾਰਤੀ ਫੌਜ ਵੱਲੋਂ ਵਿਸ਼ੇਸ਼ ਹਥਿਆਰਾਂ ਦੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਜਿੱਥੇ ਕਿ ਬੱਚਿਆਂ ਤੇ ਆਮ ਲੋਕਾਂ ਨੂੰ ਫੌਜ ਦੇ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਮਾਰੋਹ ਵਿੱਚ ਵਿਸ਼ੇਸ਼ ਤੌਰ ਉੱਤੇ ਲੜਕੀਆਂ ਨੂੰ ਵੀ ਬੁਲਾਇਆ ਗਿਆ ਸੀ ਜਿਸ ਦੌਰਾਨ ਫੌਜ ਦੇ ਨਵੇਂ ਟੈਂਕਾਂ ਤੇ ਯੁੱਧ ਵਿੱਚ ਹਥਿਆਰਾਂ ਦਾ ਇਸਤੇਮਾਲ ਕਰਨ ਸੰਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਫੌਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੱਡੇ ਪੱਧਰ ਉੱਤੇ ਇਸ ਮੇਲੇ ਦਾ ਆਯੋਜਨ ਕੀਤਾ ਗਿਆ ਤਾਂ ਜੋ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਉਹ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕਣ। ਹਮਾਰਾ ਜੈਸੇ ਇੰਜੀਨੀਅਰ ਹੈ, ਇੰਜੀਨੀਅਰ ਗਏ ਹੈ ਤੋ ਕੋਈ ਵੀ ਬਾਰਡਰ ਲੜਾਈ ਦੇ ਦੌਰਾਨ ਬਾਰਡਰ ਓਬਸਟੀਕਲ ਆ ਗਿਆ ਜਾਂ ਕੋਈ ਨਦੀ ਨਾਲਾ ਆ ਗਿਆ ਸੁੱਕਾ ਜਾਂ ਕੋਈ ਬੜੀ ਬੜੀ ਗਰਾਊਂਡੇ ਸਾਫ ਕਰਨੀ ਆ ਉਸਕਾ ਹੁਕਮਟ ਹਮਨੇ ਲਗਾਇਆ ਹੋਇਆ। ਆਜ ਗਰਾਊਂਡ ਮੇਂ ਕਿਆ ਕਿਆ ਚੀਜ਼ ਲਗਾਈ ਗਈ ਹੈ ਦੇਖਣ ਲਈ? ਇੰਜੀਨੀਅਰ ਦਾ ਹਮਾਰਾ ਜੋ ਹੈ ਇੱਕ ਤੋਂ ਕਰਾਜ ਆ ਉੱਪਰ PMP ਬ੍ਰਿਜ ਹੈ ਜੋ ਰਸੀਆ ਕਾ ਬਣਾ ਹੋਇਆ, ਇਸਕਾ ਹਮ ਬ੍ਰਿਜ ਵੀ ਬਣਾਤੇ ਹੈ, ਰਾਫਟ ਵੀ ਬਣਾਤੇ ਹੈ, ਆਰਮਡ RT ਮੈਕਨਾਈਜ ਕੋ ਪਾਰ ਕਰਨੇ ਕੇ ਲਈ ਆਰਮਡ ਕੇ ਟੈਂਕ ਹੋ ਗਏ, ਮੈਕਨਾਈਜ ਕੇ BMP ਹੋ ਗਈ, RT ਕੀ ਬੜੀ ਬੜੀ ਗੰਨੇ ਹੋ ਗਈ। ਸਬਸੇ ਫਸਟ ਮੇਂ ਅਗਰ ਇਹ ਨਿਕਲ ਜਾਏਗੇ ਲੜਾਈ ਕੇ ਦੌਰਾਨ ਤੋ ਹਮਾਰੀ ਲੜਾਈ ਬਹੁਤ ਆਸਾਨ ਹੋ ਜਾਏਗੀ। ਉਹ ਜਾ ਕਰਕੇ ਆਗੇ ਹਮਾਰੇ ਕੋ ਕਵਰਿੰਗ ਫਾਇਰ ਦੇਤੇ ਰਹੇਗੇ, ਪਿੱਛੇ ਸੇ ਹਮਾਰੀ ਫੌਜ ਮੂਵ ਹਾਲਤ ਮੇਂ ਰਹੇਗੀ। ਮਤਲਬ ਕੋਈ ਵੀ ਓਬਸਟੀਕਲ ਆਤਾ ਹਮਾਰੀ ਕਿਸੀ ਵੀ ਆਰਮੀ ਕੋ ਕਿਸੀ ਤਰ੍ਹਾਂ ਕਾ ਵੀ ਉਸਕੋ ਹਮਨੇ ਰੁਕਨੇ ਨਹੀਂ ਦੇਣਾ, ਫਟਾਫਟ ਆਗੇ ਕੋਈ ਐਸਾ ਵੀ ਓਬਸਟੀਕਲ ਆ ਗਿਆ ਮੂਵ ਕਰਦੇ ਆਗੇ करते रहना। एग्जीबिशन में बहुत सारे टैंक्स देखने को मिले, नॉलेज हमारी बहुत बढ़ी है और ये बहुत ही अच्छा एग्जीबिशन है नॉलेज को बढ़ाने के लिए हमारे। हम आर्मी से ज़्यादा जुड़ रहे हैं, हमें तो यहाँ पे टैंक्स के बारे में पता चल रहा है, कैसे मिसाइल लॉन्च होती है, सब कुछ के बारे में। क्या चाहिए आपके बच्चों को? और ही आना चाहिए स्कूल से? हाँ, बढ़ावा मिलना चाहिए। मतलब हमारे स्कूल ने कंपलसरी किया है सारे बच्चों के लिए एंड बाकी सब स्कूल्स को भी बोलना चाहिए अपने स्टूडेंट्स को कि यहाँ पे आएँ।